ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤਾਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਜਲੰਧਰ। ਦੋਸਤੋ, ਜਲੰਧਰ ਪੁਲਿਸ ਨੂੰ ਮਿਲੀ ਹੈ ਬਹੁਤ ਵੱਡੀ ਕਾਮਯਾਬੀ। ਉਹਨਾਂ ਨੇ ਇੱਕ ਅਜਿਹੇ ਗਿਰੋਹ ਨੂੰ ਪਕੜਿਆ ਜੋ ਕਿ ਜਾਅਲੀ ਦਸਤਾਵੇਜ਼ ਤਿਆਰ ਕਰਦਾ ਸੀ ਲੋਕਾਂ ਦੀ ਜ਼ਮਾਨਤ ਵਾਸਤੇ। ਜਾਅਲੀ ਦਸਤਾਵੇਜ਼ ਮਤਲਬ ਕਿਸੇ ਨੂੰ ਜ਼ਮਾਨਤ ਦਿਵਾਉਣੀ ਸੀ ਤਾਂ ਪੁਲਿਸ ਵੱਲੋਂ ਕੁਛ ਇੰਪੋਰਟੈਂਟ ਜਿਹੜੇ ਡਾਕੂਮੈਂਟਸ ਹੈ ਉਹ ਮੰਗੇ ਜਾਂਦੇ ਸੀ, ਔਰ ਇਹ ਲੋਕ ਕਿਸ ਤਰ੍ਹਾਂ ਤਿਆਰ ਕਰਦੇ ਸੀ ਔਰ ਕਿਸ ਤਰ੍ਹਾਂ ਚੜ੍ਹੇ ਪੁਲਿਸ ਦੇ ਅੜਿੱਕੇ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਨਰਿੰਦਰ ਗੁਪਤਾ ਜੀ ਜਲੰਧਰ ਤੋਂ ਜੁੜ ਚੁੱਕੇ ਨੇ। ਗੁਪਤਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਬਿਲਕੁਲ ਸੋਤਾ ਜੀ, ਜਲੰਧਰ ਦੀ ਥਾਣਾ 12 ਦੀ ਪੁਲਿਸ ਨੇ ਜਾਅਲੀ ਦਸਤਾਵੇਜ਼ ਤਿਆਰ ਕਰਕੇ, ਜਾਅਲੀ ਆਧਾਰ ਕਾਰਡ ਤਿਆਰ ਕਰਕੇ ਜਿਹੜੇ ਨੇ ਜ਼ਮਾਨਤਾਂ ਦੇਣ ਵਾਲੀ ਇੱਕ ਗਰੋਹ ਨੂੰ ਜਿਹੜਾ ਕਾਬੂ ਕੀਤਾ ਵਾ। ਔਰ ਜਦੋਂ ਇਸ ਬਾਰੇ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 25 ਸਤੰਬਰ ਨੂੰ ਥਾਣਾ 12 ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਪ੍ਰੈਜੀਡੈਂਟ ਚੌਂਕ ਦੇ ਨਜ਼ਦੀਕ ਕੁਝ ਜਿਹੜੇ ਨੇ ਲੋਕ ਹੈਗੇ ਨੇ ਜਿਹੜੇ ਜਾਅਲੀ ਜ਼ਮਾਨਤਾਂ ਦਿੰਦੇ ਨੇ, ਉਹ ਗਰੋਹ ਉੱਥੇ ਖੜਾ ਵਾ, ਉਹ ਜਿਹੜੇ ਕਿ ਕਿਸੇ ਦੀ ਜਾਅਲੀ ਜ਼ਮਾਨਤ ਦੇਣ ਵਾਸਤੇ ਆਏ ਹੋਏ ਨੇ। ਜਦੋਂ ਪੁਲਿਸ ਉੱਥੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਉੱਥੇ ਖੜਿਆਂ ਨੂੰ ਜੋ ਚੌਂਕ ਦੇ ਵਿੱਚ ਜਿਹੜੇ ਜ਼ਮਾਨਤ ਦੇਣ ਆਏ ਸੀ, ਪੁਲਿਸ ਪਾਰਟੀ ਨੇ ਕਾਰਵਾਈ ਕਰਦੇ ਉਹਨਾਂ ਨੂੰ ਉੱਥੇ ਕਾਬੂ ਕੀਤਾ, ਜਿਹਦੇ ਵਿੱਚ ਕਿ 5 ਜਿਹੜੇ ਨੇ ਲੋਕ ਜਿਹੜੇ ਨੇ ਉਸੇ ਵੇਲੇ ਉੱਥੇ ਪੁਲਿਸ ਨੇ ਜਿਹੜੇ ਫੜਨੇ ਜਿਹੜੇ ਜਾਅਲੀ ਆਧਾਰ ਕਾਰਡ ਉਹ ਜਾਅਲੀ ਦਸਤਾਵੇਜ਼ ਤਿਆਰ ਕਰਕੇ ਕੋਰਟ ਦੇ ਵਿੱਚ ਜਾ ਕੇ ਗਵਾਹੀ ਦਿੰਦੇ ਸੀ, ਜਮਾਨਤਾਂ ਦਿੰਦੇ ਸੀ, ਲੋਕਾਂ ਨੂੰ ਛਡਾਉਂਦੇ ਸੀ। ਪਰ ਪੁੱਛਗਿੱਛ ਤੋਂ ਬਾਅਦ ਉਹਨਾਂ ਨੇ ਜਦੋਂ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਉਹਨਾਂ ਕੋਲ ਇੱਕ ਕੰਪਿਊਟਰ ਕਲਰ ਪ੍ਰਿੰਟਰ ਵੀ ਬਰਾਮਦ ਕਰ ਲਿਆ ਵਾ, ਔਰ ਕੁਝ ਜਾਅਲੀ ਦਸਤਾਵੇਜ਼ ਆਧਾਰ ਕਾਰਡ ਬਰਾਮਦ ਕੀਤੇ ਗਏ ਨੇ, ਭਾਰੀ ਮਾਤਰਾ ਦੇ ਆਧਾਰ ਕਾਰਡ ਜਿਹੜੇ ਨੇ ਜਾਅਲੀ ਜਿਹੜੇ ਨੇ ਉਹ ਵੀ ਬਰਾਮਦ ਹੋਏ ਨੇ। ਲੇਕਿਨ ਗੁਪਤਾ ਜੀ, ਇਹ ਜਿਹੜਾ ਗਿਰੋਹ ਪਕੜਿਆ ਗਿਆ ਇਹ ਪੰਜਾਬ ਦੇ ਹੀ ਕਿਸੇ ਹਿੱਸੇ ਦਾ, ਜਲੰਧਰ ਦੇ ਕਿਸੇ ਹਿੱਸੇ ਦਾ, ਜਾਂ ਮਤਲਬ ਉਹ ਆਊਟ ਆਫ ਪੰਜਾਬ ਨੇ ਇਹ ਲੋਕ? ਨਹੀਂ, ਬਿਲਕੁਲ ਸੋਤਾ ਜੀ, ਇਹ ਜਿਹੜੇ ਬੰਦੇ ਨੇ ਹੈਗੇ ਤੇ ਪੰਜਾਬ ਦੇ, ਲੇਕਿਨ ਇਹਦੇ ਵਿੱਚ ਕੁਝ ਗੁਰਦਾਸਪੁਰ ਦੇ ਬੰਦੇ ਨੇ, ਕੁਝ ਜਲੰਧਰ ਦੇ ਹੈਗੇ ਨੇ ਲੋਕ, ਕੁਝ ਗੁਰਦਾਸਪੁਰ ਦੇ ਲੋਕ ਨੇ, ਇਸ ਤਰ੍ਹਾਂ ਅਲੱਗ ਅਲੱਗ ਜਗ੍ਹਾ ਤੋਂ ਜਿਹੜੇ ਨੇ ਅੰਮ੍ਰਿਤਸਰ ਦੇ ਵੀ ਹੈਗੇ ਨੇ, ਗੇਟ ਕੀਮਾ ਦੇ ਨੇ, ਇਸ ਤਰ੍ਹਾਂ ਅਲੱਗ ਅਲੱਗ ਜਿਹੜੇ ਨੇ ਜ਼ਿਲ੍ਹੇ ਦੇ ਜਿਹੜੇ ਨੇ ਆਪਣੇ ਹੈਗੇ ਨੇ ਲੋਕ ਜਿਹੜੇ ਇੱਥੇ ਅੱਜ ਦਵਾਈਆਂ ਲੋਕਾਂ ਨੂੰ ਜ਼ਮਾਨਤਾਂ ਦਿੰਦੇ ਸੀ, ਔਰ ਜਾਅਲੀ ਮੋਹਰਾਂ ਜਾਅਲੀ ਜਿਹੜੇ ਨੇ ਪ੍ਰੋਪਰਟੀ ਦੇ ਕਾਗਜ਼ ਤਿਆਰ ਕਰਦੇ ਸੀ, ਔਰ ਉਹਨਾਂ ਨੂੰ ਜਾਅਲੀ ਮੋਹਰਾਂ ਲਾ ਕੇ ਉਹਨੂੰ ਵੈਰੀਫਿਕੇਸ਼ਨ ਕਰਦੇ ਜਾਅਲੀ ਜਿਹੜੇ ਨੇ ਅਫਸਰਾਂ ਦੇ ਹਸਤਾਕਸ਼ਰ ਵੀ ਕਰਦੇ ਸੀ। ਇਹ ਬਿਲਕੁਲ ਜਿਹੜਾ ਗਰੋਹ ਜਿਹੜਾ ਕਾਬੂ ਕੀਤਾ ਗਿਆ ਵਾ ਬਹੁਤ ਵੱਡਾ ਇੱਕ ਗਰੋਹ ਸੀ ਹੈਗਾ ਵਾ, ਔਰ ਪੁਲਿਸ ਜਿਹੜੀ ਇਹਨਾਂ ਕੋਲੋਂ ਕਾਫੀ ਪੁੱਛਗਿੱਛ ਵੀ ਕਰ ਰਹੀ ਹੈਗੀ ਹੈ। ਔਰ ਇਹਨਾਂ ਦਾ ਮੰਨਣਾ ਵੀ ਇਹ ਜਿਹੜੇ ਲੋਕ ਸੀ 10 ਤੋਂ 15 ਹਜ਼ਾਰ ਰੁਪਏ ਦੇ ਵਿੱਚ ਇੱਕ ਜ਼ਮਾਨਤ ਦੇਣ ਦਾ ਜਿਹੜਾ ਸੌਦਾ ਤੈਅ ਕਰਦੇ ਸੀ, ਔਰ ਜ਼ਮਾਨਤ ਦੇਣ ਤੋਂ ਬਾਅਦ ਉਸ ਤੋਂ ਬਾਅਦ ਆਪਸ ਦੇ ਵਿੱਚ 1,000 ਤੋਂ ਲੈ ਕੇ 2,000 ਰੁਪਏ ਤੱਕ ਜਿਹੜਾ ਵਾ ਹਰ ਪ੍ਰਤੀ ਵਿਅਕਤੀ ਨੂੰ ਜਿਹੜਾ ਵਾ ਇਹ ਵੰਡਿਆ ਜਾਂਦਾ ਸੀ। ਬਹੁਤ ਬਹੁਤ ਮਿਹਰਬਾਨੀ ਗੁਪਤਾ ਜੀ, ਤੁਸੀਂ ਅਪਡੇਟ ਦਿੱਤੀ ਹੈ। ਦੋਸਤੋ, ਇੱਕ ਵਾਰੀ ਫਿਰ ਦੱਸਦੇ ਹਾਂ ਕਿ ਜਲੰਧਰ ਪੁਲਿਸ ਨੂੰ ਮਿਲੀ ਹੈ ਬਹੁਤ ਵੱਡੀ ਕਾਮਯਾਬੀ। ਉਹਨਾਂ ਨੇ ਇੱਕ ਅਜਿਹਾ ਗਿਰੋਹ ਪਕੜਿਆ ਹੈ ਜਿਹੜਾ ਕਿ ਜ਼ਮਾਨਤ ਵਾਸਤੇ ਜਾਅਲੀ ਦਸਤਾਵੇਜ਼ ਤਿਆਰ ਕਰਦਾ ਸੀ। ਇਸ ਸੰਬੰਧ ਵਿੱਚ ਗੁਪਤਾ ਜੀ ਨੇ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। ਇਹ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਥਾਣਾ 12 ਦੇ ਵਿੱਚ ਇੱਕ ਗੈਂਗ ਅਸੀਂ ਬਸਟ ਕੀਤਾ ਹੈ ਜਿਹਦੇ 6 ਮੈਂਬਰ ਗ੍ਰਿਫਤਾਰ ਕੀਤੇ ਗਏ ਨੇ। ਇਹ ਗੈਂਗ ਜਿਹੜਾ ਹੈਗਾ ਉਹ ਜਾਅਲੀ ਆਧਾਰ ਕਾਰਡ ਅਤੇ ਜਾਅਲੀ ਆਈਡੀਆਂ ਤਿਆਰ ਕਰਕੇ ਔਰ ਕ੍ਰਿਮੀਨਲਸ ਨਾਲ ਨੈਕਸਸ ਪੈਦਾ ਕਰਕੇ ਉਹਨਾਂ ਨੂੰ ਜਾਅਲੀ ਜ਼ਮਾਨਤਾਂ ਕਰਾਉਂਦਾ ਸੀ ਕਚਹਿਰੀਆਂ ਤੋਂ ਕ੍ਰਿਮੀਨਲਸ ਦੀ। ਉਸ ਸਿਲਸਿਲੇ ਦੇ ਵਿੱਚ ਇਹ 6 ਜਿਹੜੇ ਮੇਨ ਬੰਦੇ ਆ ਗ੍ਰਿਫਤਾਰ ਕੀਤੇ ਗਏ। ਇਹਨਾਂ ਦਾ ਕਿੰਗ ਪਿੰਨ ਹੈ ਉਹ ਅਮਰਜੀਤ ਸਿੰਘ ਹੈ ਅੰਮ੍ਰਿਤਸਰ ਦਾ, ਔਰ ਉਹਦੇ ਖਿਲਾਫ਼ ਪਹਿਲਾਂ ਵੀ FIR ਦਰਜ ਹੈ। ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ 9 ਆਧਾਰ ਕਾਰਡ, ਜਾਅਲੀ ਫੋਟੋਆਂ ਅਤੇ ਜਾਅਲੀ ਮੋਹਰਾਂ ਜਿਹੜੇ ਕਿ ਰੈਵਨਿਊ ਆਫਿਸਰ ਦੀਆਂ, ਤਹਿਸੀਲਦਾਰ ਅਤੇ ਪਟਵਾਰੀ ਵਗੈਰਾ ਕਾਨੂੰਗੋ ਦੀਆਂ, ਔਰ ਕੰਪਿਊਟਰ ਅਤੇ ਸਕੈਨਰ ਵਗੈਰਾ ਮਿਲੇ ਨੇ। ਮੋਡਸ ਪਰੈਂਡੀ ਜੋ ਮੁੱਢਲੀ ਪੁੱਛਗਿੱਛ ਤੋਂ ਇਹਨਾਂ ਤੋਂ ਪਤਾ ਲੱਗਿਆ, ਇਹ ਕੀ ਕਰਦੇ ਆ ਕਿ ਕਿਸੇ ਵੀ ਪਿੰਡ ਦਾ ਕੋਈ ਆਦਮੀ ਦੇਖ ਲੈਂਦੇ ਜਿਹਦੇ ਨਾਮ 'ਤੇ ਕੋਈ ਜਾਇਦਾਦ ਹੈ, ਉਸ
ਆਦਮੀ ਦਾ ਇੱਕ ਆਧਾਰ ਕਾਰਡ ਇਹ ਬਣਾ ਲੈਂਦੇ ਜਾਲੀ, ਜਿੱਥੇ ਕਿ ਇੱਕ ਫੇਕ ਆਦਮੀ ਖੜਾ ਕਰਦਾ ਜਿਹੜਾ ਕਿੰਗ ਪਿੰਨ ਅਮਰਜੀਤ ਹੈ, ਉਹਦੀ ਫੋਟੋ ਓਰੀਜਨਲ ਉਸਦੇ ਆਧਾਰ ਕਾਰਡ 'ਤੇ ਬਣਾ ਕੇ ਲਾ ਕੇ ਉਸੇ ਨਾਮ 'ਤੇ ਇੱਕ ਫਰਦ ਉਸ ਪਿੰਡ ਦੀ ਬਣਾ ਲੈਂਦਾ। ਫੋਟੋ ਬੰਦੇ ਦੀ ਹੁੰਦੀ ਹੈ, ਸਪੋਜ਼ ਕਰੋ ਮਹਿੰਦਰ ਸਿੰਘ ਦੇ ਨਾਮ 'ਤੇ ਕੋਈ ਜਾਇਦਾਦ ਇੱਕ ਪਿੰਡ 'ਚੋਂ ਮਿਲੀ ਹੈ, ਤਾਂ ਉਹਨਾਂ ਨੇ ਅੰਮ੍ਰਿਤਸਰ ਦਾ ਜਾਂ ਹੋਰ ਕਿਸੇ ਜ਼ਿਲ੍ਹੇ ਦਾ ਜਾਂ ਬਾਹਰਲਾ ਬੰਦਾ ਲਿਆ ਕੇ ਉਹਨੂੰ ਮੋਹਿੰਦਰ ਸਿੰਘ ਬਣਾ ਕੇ ਉਹਦਾ ਆਧਾਰ ਕਾਰਡ ਬਣਾ ਦੇਣਾ, ਉਸੇ ਦੀ ਫਰਦ ਉਸ ਪਿੰਡ ਦੀ ਜਿੰਨੀ ਉਹਦੀ ਜਾਇਦਾਦ ਆ ਉਹਦੇ ਮੁਤਾਬਕ ਜਾਲੀ ਬਣਾ ਕੇ ਉਹਨੂੰ ਯੂਜ਼ ਕਰਕੇ ਅਤੇ ਉਹਦਾ ਫਾਇਦਾ ਲੈਂਦੇ ਹੋ। ਸਰ ਇਹ ਕਿੰਨੇ ਚਿਰ ਤੋਂ ਕਾਰੋਬਾਰ ਕਰ ਰਹੇ ਹੋ? ਜੋ ਪਤਾ ਲੱਗਿਆ ਮੁੱਢਲੀ ਪਿੱਛਗਿੱਛ ਤੋਂ ਤਕਰੀਬਨ 5-6 ਮਹੀਨੇ ਤੋਂ ਲੱਗੇ ਹੋਏ ਨੇ, ਔਰ ਅਜੇ ਕਿਉਂਕਿ ਗੱਲ ਇਮੀਡੀਏਟ ਅਰੈਸਟ ਹੋਈ ਹੈ, ਕੁਛ ਜਲੰਧਰੋਂ ਹੋਈ ਹੈ ਕੁਛ ਅੰਮ੍ਰਿਤਸਰ ਤੋਂ, ਇਮੀਡੀਏਟਲੀ ਸਾਡੀ ਪੁਲਿਸ ਪਾਰਟੀ ਲੈ ਕੇ ਆਈ ਹੈ। ਡਿਟੇਲਡ ਪੁੱਛਗਿੱਛ ਤੋਂ ਬਾਅਦ ਹੀ ਇਹ ਗੱਲ ਦਾ ਐਗਜੈਕਟ ਪਤਾ ਲੱਗੇਗਾ ਕਿੰਨੇ ਵਿਕਟਿਮ ਬਣ ਚੁੱਕੇ ਔਰ ਕਿੰਨੇ ਲੋਕਾਂ ਨੇ ਇਸ ਜਾਲੀ ਜਿਹੜਾ ਇਹ ਸਾਰਾ ਨੈਕਸਸ ਹੈ ਉਹਦਾ ਫਾਇਦਾ ਲਿਆ। ਉਹਦੇ 'ਚ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਵੀ ਜਲੰਧਰ ਤੋਂ ਇਲਾਵਾ ਇਹਨਾਂ ਨੇ ਸੰਗਰੂਰ, ਪਟਿਆਲਾ, ਨਕੋਦਰ, ਫਿਲੌਰ ਇਹਨਾਂ ਅਦਾਲਤਾਂ ਦੇ ਵਿੱਚ ਵੀ ਜਾਲੀ ਜ਼ਮਾਨਤਾਂ ਲਾਈਆਂ, ਔਰ ਕੁਛ ਇਹਨਾਂ ਦੇ ਪਰਸਨਲ ਦਸਤਾਵੇਜ਼ ਜੋ ਘਰ ਦੀ ਸੈੱਟ ਤੋਂ ਪਤਾ ਲੱਗੇ ਆ ਕੰਪਿਊਟਰ ਵਗੈਰਾ ਤੋਂ ਇਲਾਵਾ, ਉਹ ਤੋਂ ਵੀ ਸਾਨੂੰ ਕਲੀਅਰ ਹੋ ਜਾਏਗਾ ਕਿੰਨੇ ਪੈਸੇ ਲੈ ਕੇ ਕੰਮ ਕਰਦੇ ਆ ਔਰ ਇਹਨਾਂ ਨੇ ਕਿੰਨੇ ਅੱਜ ਤੱਕ ਕੇਸਿਸ ਇਹੋ ਜਿਹੇ ਕਰਾਏ ਹੈ, ਔਰ ਪਰਟੀਕੁਲਰਲੀ ਕਿੰਨੇ ਕ੍ਰਿਮੀਨਲਸ ਇਹੋ ਜਿਹੇ ਹੈ ਜਿਨ੍ਹਾਂ ਨੇ ਇਹਨਾਂ ਨੂੰ ਜਾਲੀ ਜ਼ਮਾਨਤੀ ਖੜ੍ਹੇ ਕਰਕੇ ਫਾਇਦਾ ਲਿਆ, ਉਹ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਤਫਤੀਸ਼ ਡਿਟੇਲ 'ਚ ਸਾਰੀ ਸੀਨੀਅਰ ਅਫਸਰ ਕਰ ਰਹੇ ਨੇ। ਪਰ ਇਹ ਇੱਕ ਗੱਲ ਦਾ ਇਹਦੇ 'ਚ ਮੇਨ ਜਿਹੜਾ ਜ਼ਿਕਰ ਕਰਨ ਵਾਲਾ ਇਹ ਹੈ ਕਿ ਆਧਾਰ ਕਾਰਡ ਇਹਨਾਂ ਦਾ 60-70% ਇੱਕੋ ਜਿਹਾ ਲੱਗਦਾ ਪਰ ਪੂਰਾ ਨਹੀਂ ਹੈ, ਔਰ ਆਧਾਰ ਕਾਰਡ ਜਿਹੜਾ ਵੈਰੀਫਾਈਬਲ ਹੈ ਨੈੱਟ ਦੇ ਉੱਤੋਂ ਕਿਉਂਕਿ ਗਵਰਨਮੈਂਟ ਦੀ ਸਾਈਟ ਤੋਂ ਇਮੀਡੀਏਟਲੀ ਪਤਾ ਲੱਗ ਜਾਂਦਾ, ਬਟ ਉਹ ਕਿਉਂਕਿ ਫਰਦਾਂ ਵਗੈਰਾ ਨਾਲ ਲੱਗੀਆਂ ਓਵਰਲੁੱਕ ਕਰ ਦਿੱਤਾ ਜਾਂਦਾ ਕਈ ਵਾਰੀ, ਉਹ ਸਾਰੀ ਅੱਗੇ ਵਾਸਤੇ ਵੀ ਇਹ ਨਸੀਹਤ ਹੋਏਗੀ ਔਰ ਸਾਰੇ ਸਿਸਟਮ ਨੂੰ ਸੁਧਾਰ ਆਏਗਾ ਇਸ ਗੱਲ ਨਾਲ। ਇਹਦੀ ਜਿਹੜੀ ਡੀਪਲੀ ਇਨਵੈਸਟੀਗੇਸ਼ਨ ਹੈ ਉਹ ਸਪੈਸ਼ਲ ਸਾਡੇ DCP ਸਾਹਿਬ ਇਨਵੈਸਟੀਗੇਸ਼ਨ, ਮੈਡਮ ADCP ਔਰ ACP ਸਾਹਿਬ ਸੈਂਟਰਲ ਇਹ ਸਾਰੇ ਕਰ ਰਹੇ ਨੇ, ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗੇ ਕਿ ਕਿੰਨੀ ਕਿੰਨੀ ਲਿਸਟ ਕਿਹੜੇ ਕਿਹੜੇ ਬੰਦੇ ਜਿਹਨਾਂ ਨੇ ਐਕਚੁਅਲ ਫਾਇਦਾ ਉਠਾਇਆ। ਸਰ ਇਹ 6 ਬੰਦੇ ਦੇ ਕਹਿੰਗੇ ਕਿ ਹੋਰ ਵੀ ਬੰਦੇ ਨੇ ਬਹੁਤ? ਦੇਖੋ ਅਜੇ ਤੱਕ ਤਾਂ 6 ਸਾਹਮਣੇ ਆਏ ਆ ਕਿਉਂਕਿ ਅੰਮ੍ਰਿਤਸਰ ਦੇ ਜਿਹੜੇ ਅਕਿਊਜ਼ ਨੇ ਹੁਣੇ ਅਰੈਸਟ ਹੋ ਕੇ ਆਏ ਨੇ, ਉਹਨਾਂ ਦੀ ਡਿਟੇਲ ਪੁੱਛਗਿੱਛ ਤੋਂ ਬਾਅਦ ਹੀ ਆਪਾਂ ਨੂੰ ਐਗਜੈਕਟ ਪਤਾ ਲੱਗ ਸਕੇਗਾ ਕਿ ਇਹ ਕਿੱਡਾ ਵੱਡਾ ਇਹਨਾਂ ਦਾ ਨੈਕਸਸ। ਇਹੋ ਜਿਹੀ ਗੱਲ ਕੋਈ ਨਹੀਂ ਆਈ ਅਜੇ, ਇਹਨਾਂ ਦਾ ਸਾਰਾ ਪਿਛੋਕੜ ਆਪਾਂ ਵੈਰੀਫਾਈ ਵੀ ਕਰ ਰਹੇ ਹਾਂ ਔਰ ਹਰੇਕ ਜਿਹੜੀ ਚੀਜ਼ ਦੇਖਾਂਗੇ ਕਿਹੜੇ ਕਿਹੜੇ ਦਿਨ ਕੀ ਇਹਨਾਂ ਨੇ ਕੰਮ ਕੀਤਾ ਔਰ ਕਿੰਨੀ ਦੇਰ ਤੋਂ ਇਹ ਕੰਮ ਕਰ। ਸੋ ਇਸੀ ਹੁਣ ਤੱਕ ਦੀ ਅਪਡੇਟ, ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ।